ਧੰਨਵਾਹਿ ਗੁਰੂ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰ ਹੋ ਕੋਈ ਮਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਇਹੀ ਧੰਨਵਾਹਿ ਗੁਰੂ ਜੀ ਇਕ ਓੰਕਾਰ ਸਤਿ ਗੁਰ ਪ੍ਰਸਾਦ ਮਾਰੂ ਮਹਲਾ 9 ਹਰ ਕੋ ਨਾਮ ਸਦਾ ਸੁਖ ਦਾਈ ਜਾਂ ਕਉ ਸਿਮਰ ਅਜਾਮਲ ਉਧਰਿਓ ਗਨ ਕਾ ਹੂੰ ਗਤ ਪਾਈ ਹਰ ਕੋ ਨਾਮ ਸਦਾ ਸੁਖ ਦਾਈ ਜਾ ਕਉ ਸਿਮਰ ਅਜਾਮਲ ਉਧਰਿਓ ਗਨ ਕਾਹੂ ਗਤ ਪਾਈ ਰਹਾ ਪੰਚਾਲੀ ਕਉ ਰਾਜ ਸਭਾ ਮਹਿ RAM ਨਾਮ ਸੁਧ ਆਈ ਤਾਕੋ ਦੂਖ ਹਰਿਓ ਕਰੁਣਾ ਮਹਿ ਆਪਨੀ ਪੈਜ ਵਢਾਈ ਜੇਹ ਨਰ ਜਸ ਕਿਰਪਾ ਨਿਦ ਗਾਇਓ ਤਾ ਕੋ ਭਇਓ ਸਹਾਈ ਕਹ ਨਾਨਕ ਮੈਂ ਇਹੀ ਪਰੋਸੈ ਗਹੀ ਆਨ ਸਰਨਾਈ ਜੇਹ ਨਰ ਜਸ ਕਿਰਪਾ ਨਿਦ ਗਾਇਓ ਤਾ ਕੋ ਭਇਓ ਸਹਾਈ ਕਹ ਨਾਨਕ ਮੈਂ ਇਹੀ ਭਰੋਸੈ ਗਹੀ ਆਨ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਮੁਬਾਰਕ ਬਾਣੀ ਨਾਲ ਸਾਂਝ ਬਣਾਉਣ ਦਾ ਇਸ ਸੁਭਾਗ ਸਮਾਂ ਅਕਾਲ ਪੁਰਖ ਜੀ ਦੀ ਬਖਸ਼ਿਸ਼ ਦਾ صدਕਾ ਪ੍ਰਾਪਤ ਹੋਇਆ ਹੈ ਜਿੱਥੇ ਗੁਰਬਾਣੀ ਦੇ ਉਪਦੇਸ਼ ਨੂੰ ਸਤਸੰਗਤ ਰੂਪ ਵਿੱਚ ਸੱਜ ਕੇ ਵਿਚਾਰਨ ਦਾ ਆਪਾਂ ਯਤਨ ਕਰ ਰਹੇ ਹਾਂ ਤੇ ਖਾਸ ਰੂਪ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਜਿਸ ਨੂੰ ਆਪਾਂ ਲੜੀਵਾਰ ਨਿਤਾ ਪ੍ਰਤੀ ਸਤਿਗੁਰੂ ਦੇ ਪਾਵਨ ਦਰਬਾਰ ਵਿੱਚ ਸਾਂਝੀ ਕਰਦੇ ਹਾਂ ਜਿਸ ਮੁਬਾਰਕ ਸ਼ਬਦ ਦਾ ਆਪ ਜੀ ਨੇ ਪਾਠ ਸ਼ਰਵਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1008 ਉੱਪਰ ਇਹ ਪਾਵਨ ਸ਼ਬਦ ਦਰਜ ਹੈ ਰਾਗ ਮਾਰੂ ਦੇ ਵਿੱਚ ਨਵੇਂ ਪਾਤਸ਼ਾਹ ਜੀ ਦੇ ਕੁੱਲ ਤਿੰਨ ਸ਼ਬਦ ਦਰਜ ਨੇ ਅਤੇ ਇਹ ਪਹਿਲਾ ਆਰੰਭਤਾ ਵਾਲਾ ਸ਼ਬਦ ਹੈ ਜਿਸ ਉੱਪਰ ਸੰਖੇਪ ਰੂਪ ਵਿੱਚ ਮੰਗਲਾ ਚਰਨ ਦਰਜ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ ਜਿਵੇਂ ਕਿ ਆਪਾਂ ਮੰਗਲਾ ਚਰਨ ਬਾਬਤ ਪਿਛਲੇਰੇ ਸ਼ਬਦਾਂ ਵਿੱਚ ਵੀ ਪਿਛਲੇਰੇ ਦੀਵਾਨਾ ਵਿੱਚ ਵੀ ਜ਼ਿਕਰ ਕਰਦਿਆਂ ਹੋਇਆਂ ਇਹ ਸਮਝਣ ਦਾ ਵਿਚਾਰਨ ਦਾ ਯਤਨ ਕੀਤਾ ਹੈ ਕਿ ਇੱਕ ਹਿੰਦਸਾ ਜਿਹੜਾ ਹੈ ਇੱਕ ਬਜਵੀਂ ਸੱਤਾ ਦਾ ਲਖਾਇਕ ਹੈ ਗੁਰਬਾਣੀ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਨੂੰ ਕਰਤਾ ਸਿਰਜਕ ਚਾਲਕ ਕਿਰਿਆਸ਼ੀਲ ਅਤੇ ਸਭ ਪਸਾਰੇ ਦਾ ਨਾਸ਼ ਕਰਤਾ ਭਾਵ ਇੱਕੇ ਹੀ ਸੱਤਾ ਦੀ ਵਕਰੀ-ਵਕਰੀ ਕਿਰਿਆ ਨੂੰ ਵਿਆਖਿਆ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਵੀ ਉਹ ਸਾਰਾ ਸਮੂੱਚਾ ਜਿਹੜਾ ਕਿਰਿਆਸ਼ੀਲਤਾ ਹੈ ਭਾਵੇਂ ਉਹ ਸਿਰਜਣ ਦੀ ਹੋਵੇ ਭਾਵੇਂ ਉਹ ਚਲਾਉਣ ਦੀ ਹੋਵੇ ਤੇ ਭਾਵੇਂ ਨਾਸ਼ ਕਰਨ ਦੀ ਹੋਵੇ ਉਹ ਸਾਰੀ ਕਿਰਿਆਸ਼ੀਲਤਾ ਇੱਕ ਥਾਂ ਹੀ ਜੁੜੀ ਹੋਈ ਹੈ ਕੋਈ ਵਕਰੀਆਂ-ਵਕਰੀਆਂ ਸ਼ਕਤੀਆਂ ਨਹੀਂ ਹਨ ਬਲਕਿ ਇੱਕੋ ਸੱਤਾ ਹੀ ਜਿਸ ਵਿੱਚੋਂ ਇਹ ਸਮੂੱਚਾ ਪਸਾਰਾ ਹੋਣ ਦੇ ਚਾਹੁੰਦਾ ਹੈ ਉਸ ਦੇ ਹੁਕਮ ਨਾਲ ਚੱਲਦਾ ਹੈ ਹੁਕਮ ਵਿੱਚ ਹੀ ਵਲੀਨ ਹੋ ਜਾਂਦਾ ਹੈ ਫਿਰ ਹੋਰ ਬੜੀ ਸਵਾਦਲੀ ਗੱਲ ਹੈ ਕਿ ਗੁਰਬਾਣੀ ਵਿੱਚ ਇਸ ਨੂੰ ਸਰਗੁਣ ਤੇ ਨਿਰਗੁਣ ਦੇ ਰੂਪ ਵਿੱਚ ਵਿਆਖਿਆ ਦਿੱਤੀ ਗਈ ਹੈ ਇਹ ਵਿਆਖਿਆ ਦੇ ਪਹਿਲੂ ਹਨ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦੱਸੇ ਗਏ ਹਨ ਤੋਂ ਇੱਕ ਹਿੰਦਸਾ ਜਿਹੜਾ ਇੱਕ ਮੁਕੰਮਲ ਬਜਵੀਂ ਸੱਤਾ ਦਾ ਲਖਾਇਕ ਹੈ ਉਹ ਸੱਤਾ ਜੋ ਓੰਕਾਰ ਸਰਵ ਵਿਆਪੀ ਹੈ ਸਾਰੀ ਕਾਇਨਾਤ ਵਿੱਚ ਵਿਦਤ ਹੈ ਸਾਰੀ ਕਾਇਨਾਤ ਵਿੱਚ ਚੇਤਨਾ ਰੂਪ ਵਿੱਚ ਹੈ ਸਤਿਗੁਰੂ ਆਖਦੇ ਨੇ ਸਤ ਗੁਰ ਪ੍ਰਸਾਦ ਸਤ ਸ਼ਬਦ ਜਿਹੜਾ ਇਹ ਹਮੇਸ਼ਾ ਰਹਿਣ ਵਾਲੀ ਚੀਜ਼ ਵਾਸਤੇ ਗੁਰਬਾਣੀ ਵਿੱਚ ਵਰਤਿਆ ਜਾਂਦਾ ਹੈ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨਹਿ ਵਖਿਆਨੀ ਜਾਂ ਸਤ ਨਾਮ ਤੇਰਾ ਪਰਾਪੂਰ ਬਲਾ ਜੋ ਸਦੀਵ ਹੈ ਕੱਲ ਵੀ ਸੀ ਅੱਜ ਵੀ ਹੈ ਆਉਣ ਵਾਲੇ ਸਮੇਂ ਵਿੱਚ ਵੀ ਰਹੇ ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਸਦੀਵ ਕਾਲ ਕਾਇਮ ਰਹਿਣ ਵਾਲੀ ਗੁਰੂ ਦੇ ਪ੍ਰਸਾਦ ਨਾਲ ਸੱਚੇ ਗੁਰੂ ਦੀ ਮਿਹਰ ਦੇ ਨਾਲ ਉਸ ਪਰਮੇਸ਼ਰ ਦੀ ਸੋਝੀ ਜੀਵਨ ਹੁੰਦੀ ਹੈ ਅਹਿਸਾਸ ਹੁੰਦਾ ਹੈ ਬਖਸ਼ਿਸ਼ ਹੁੰਦੀ ਹੈ ਮਾਰੂ ਮਹੱਲਾ ਨੋਵਾ ਨੋਵੇਂ ਪਾਤਸ਼ਾਹ ਜੀ ਦਾ ਰਾਗ ਮਾਰੂ ਵਿੱਚੇ ਸ਼ਬਦ ਹੈ ਤੇ ਰਹਾਉ ਵਾਲਾ ਬੰਦ ਹੈ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰ ਅਜਾਮਲ ਉਧਰਿਓ ਗਨਕਾ ਹੂੰ ਗਤ ਪਾਈ ਮਨੁੱਖੀ ਜੀਵਨ ਦੀ ਸਮੁੱਚੀ ਦੌੜ ਜਾਂ ਸਮੁੱਚੀ ਕੋਸ਼ਿਸ਼ ਕਹਿ ਲਓ ਸੁਖ ਦੀ ਖਾਤਰ ਹੈ ਮਨੁੱਖ ਆਪਣੇ ਜੀਵਨ ਵਿੱਚ ਸੁਖ ਚਾਹੁੰਦਾ ਹੈ ਸੁਖ ਦੀ ਪ੍ਰਾਪਤੀ ਵਾਸਤੇ ਹੀ ਕਈ ਵਾਰ ਤਕਲੀਫਾਂ ਵੀ ਸਹਿੰਦਾ ਹੈ ਪਰ ਉਮੀਦ ਪਿੱਛੇ ਜਿਹੜੀ ਹੈ ਉਹ ਸੁਖ ਦੀ ਹੀ ਹੁੰਦੀ ਹੈ ਸਟਰਗਲ ਕਰਦਾ ਹੈ ਕਾਲਣਾ ਕਾਲਦਾ ਹੈ ਜੋੜ ਤੋੜ ਕਰਦਾ ਹੈ ਹਰ ਸੰਭਵ ਕੋਸ਼ਿਸ਼ ਕੋਸ਼ਿਸ਼ ਕਰਦਿਆਂ ਕਈ ਵਾਰ ਦੁਖੀ ਵੀ ਹੋਣਾ ਪੈਂਦਾ ਹੈ ਪਰੇਸ਼ਾਨੀ ਚੋਂ ਹੀ ਲੰਘਣਾ ਪੈਂਦਾ ਹੈ ਦਾ ਨਿਸ਼ਾਨਾ ਕੀ ਹੁੰਦਾ ਹੈ ਕਿ ਸੁਖ ਮਿਲ ਜਾਏ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਬਾਣੀ ਵਿੱਚ ਐਸੇ ਵਾਕ ਵੀ ਆਏ ਨੇ ਜਿੱਤੇ ਸਤਿਗੁਰੂ ਨੇ ਫਰਮਾਇਆ ਹੈ ਕਿ ਹਾਲਾਂਕਿ ਮਨੁੱਖ ਭਾਵੇਂ ਸੁਖ ਦੀ ਤਲਾਸ਼ ਤੇ ਸੁਖ ਦੀ ਪ੍ਰਾਪਤੀ ਵਾਸਤੇ ਸਦਾ ਹੀ ਯਤਨਸ਼ੀਲ ਰਹਿੰਦਾ ਹੈ ਪਰ ਬਹੁਤੀ ਵਾਰ ਆਪਣੇ ਜੀਵਨ ਵਿੱਚ ਇਹਨੇ ਸਿਰ ਤੋੜ ਯਤਨਾਂ ਤੇ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਹ ਸੁਖੀ ਨਹੀਂ ਹੋ ਪਾਉਂਦਾ ਉਸ ਦਾ ਇੱਕ ਮੁਢਲਾ ਕਾਰਨ ਇਹ ਮਨੁੱਖ ਕਈ ਵਾਰ ਸਹੂਲਤ ਤੇ ਸੁਖ ਵਿਚਲਾ ਸੁਖ ਮੰਤਰ ਨਹੀਂ ਸਮਝ ਪਾਉਂਦਾ ਸਾਨੂੰ ਲੱਗਦਾ ਹੈ ਕਿ ਪਦਾਰਥ ਹੋਏਗਾ ਤੇ ਅਸੀਂ ਸੁਖੀ ਹੋਵਾਂਗੇ ਪਦਾਰਥ ਦੀ ਤਲਾਸ਼ ਖੋਜ ਪ੍ਰਾਪਤੀ ਲਈ ਸੰਘਰਸ਼ ਕਰਦੇ ਹਾਂ ਪਦਾਰਥ ਆ ਜਾਂਦਾ ਹੈ ਚੰਦ ਘੜੀਆਂ ਉਤਸ਼ਾਹ ਰਹਿੰਦਾ ਇੱਕ ਚਾਹ ਰਹਿੰਦਾ ਵਕਤ ਜਿਉਂ-ਜਿਉਂ ਗੁਜ਼ਰਦਾ ਉਹ ਚੀਜ਼ ਨਾਲ ਹੰਡ-ਹੰਡ ਕੇ ਫਿਰ ਸਾਡੀ ਖੁਸ਼ੀ ਮੱਧਮ ਪੈਣੀ ਸ਼ੁਰੂ ਜਿਉਂ-ਜਿਉਂ ਪਦਾਰਥ ਪੁਰਾਣਾ ਹੁੰਦਾ ਹੈ ਵਸਤੂ ਪ੍ਰਾਣੀ ਹੁੰਦੀ ਏ ਖੁਸ਼ੀ ਵੀ ਮੱਧਮ ਪੈਣੀ ਸ਼ੁਰੂ ਹੋ ਜਾਂਦੀ ਏ ਤਲਾਸ਼ ਫਿਰ ਕਿਸੇ ਹੋਰ ਚੀਜ਼ ਵਾਸਤੇ ਅੱਗੇ ਚੱਲ ਪੈਂਦੀ ਏ ਦਰ ਅਸਲ ਇਹ ਸਾਰੀਆਂ ਜੜੀਆਂ ਚੀਜ਼ਾਂ ਨੇ ਜੋ ਪਦਾਰਥ ਜਾਂ ਭੌਤਿਕ ਚੀਜ਼ ਦੇ ਨਾਲ ਜੁੜੀ ਹੋਈ ਖੁਸ਼ੀ ਹੈ ਇਹ ਖੁਸ਼ੀ ਬੜੀ ਛੇਨ ਪੰਗਰ ਹੈ ਜਿੰਨਾ ਚਿਰ ਉਸ ਚੀਜ਼ ਦੀ ਯਾਦ ਰਹਿੰਦੀ ਹੈ ਉਹ ਪਦਾਰਥ ਦੇ ਵਿੱਚੋਂ ਉਹ ਸਦੀਵਕਾਲੀ ਮਾਨਸਿਕ ਸੁਖ ਹਾਸਲ ਨਹੀਂ ਹੁੰਦਾ ਜਿਸ ਦੀ ਸਾਨੂੰ ਸਦੀਵਕਾਲ ਤਲਾਸ਼ ਹੁੰਦੀ ਹੈ ਪਦਾਰਤ ਦੇ ਆਉਣ ਦਾ ਜਿੰਨਾ ਚਾਹ ਹੁੰਦਾ ਹੈ ਉਹਦੇ ਚਲੇ ਜਾਣ ਦਾ ਦੁੱਖ ਉਸ ਦੇ ਚਲੇ ਜਾਣ ਦੀ ਤਕਲੀਫ ਉਹਦੇ ਚਲੇ ਜਾਣ ਦਾ ਰੰਜ ਉਨਾਂ ਹੀ ਵੱਡਾ ਸਾਡੇ ਮਨ ਵਿੱਚ ਪਰ ਜਾਂਦਾ ਜਿੰਨੀ ਊਸ਼ਲ ਕੂਦ ਕਿਸੇ ਚੀਜ਼ ਦੇ ਆਉਣ ਤੇ ਹੁੰਦੀ ਹੈ ਉਨੀ ਤਕਲੀਫ ਤੇ ਢਾਹਾਂ ਮਾਰਨ ਦਾ ਸੁਭਾਅ ਉਹਦੇ ਚਲੇ ਜਾਣ ਤੇ ਵੀ ਹੁੰਦਾ ਇਹਦਾ ਭਾਵ ਹੈ ਸਾਡਾ ਮਨ ਜਿਹੜਾ ਹੈ ਨਾ ਮਨ ਉਹ ਇੱਕ ਸਮੇ ਇੱਕ ਭਾਵਨਾ ਨੂੰ ਹੀ ਮਹਿਸੂਸ ਕਰ ਰਿਹਾ ਹੁੰਦਾ ਹੈ ਕਿਸੇ ਵੇਲੇ ਸੁਖ ਨੂੰ ਕਿਸੇ ਵੇਲੇ ਦੁੱਖ ਨੂੰ ਤੋਂ ਪਹਿਲੀ ਗੱਲ ਇਹ ਆ ਵੀ ਪਦਾਰਥ ਭੌਤਿਕ ਵਸਤੂ ਦੇ ਵਿੱਚ ਉਹ ਸੁਖ ਨਹੀਂ ਜਿਸ ਦਾ ਜ਼ਿਕਰ ਗੁਰੂ ਸਾਹਿਬ ਬਾਣੀ ਚ ਕਰ ਰਹੇ ਹਾਂ ਉਹ ਸਹੂਲਤ ਹੋ ਸਕਦੀ ਉਹਦੀ ਆਪਣੀ ਲੋੜ ਹੈ ਆਪਣੀ ਇੰਪੋਰਟੈਂਸ ਹੈ ਮਹੱਤਤਾ ਹੈ ਪਰ ਉਹ ਇੱਕ ਐਸਾ ਸੁਖ ਨਹੀਂ ਹੈ ਜਿਹੜਾ ਸਦਾ ਕਾਇਮ ਰਹਿ ਸਕੇ ਕਿਉਂਕਿ ਗੁਰਬਾਣੀ ਇੱਕ ਐਸੇ ਸੁਖ ਦੀ ਦੱਸ ਪਾਉਂਦੀ ਹੈ ਜ਼ਿਕਰ ਕਰਦੀ ਹੈ ਜਿਸ ਨੂੰ ਅਸੀਂ ਮਨ ਦੀ ਇੱਕ ਅਵਸਥਾ ਆਖਦੇ ਹਾਂ ਤੇ ਸਤਿਗੁਰੂ ਨੇ ਉਸ ਸੁਖ ਨਾਲ ਇੱਕ ਸ਼ਬਦ ਜੋੜਿਆ ਅਬਿਨਾਸ਼ੀ ਖੇਮ ਅਬਿਨਾਸ਼ੀ ਦਾ ਮਤਲਬ ਨਾ ਨਾਸ਼ ਹੋਣ ਵਾਲਾ ਉਹ ਸੁਖ ਜੋ ਕਦੇ ਖਤਮ ਨਹੀਂ ਹੁੰਦਾ ਜੋ ਕੱਲ ਵੀ ਸੀ ਅੱਜ ਵੀ ਹੈ ਹਮੇਸ਼ਾ ਪਦਾਰਥ ਦੇ ਆਉਣ ਉੱਤੇ ਵੀ ਮਨੁੱਖ ਸਹਿਜ ਵਿੱਚ ਹੈ ਜਾਨ ਉੱਤੇ ਵੀ ਸਹਿਜ ਵਿੱਚ ਹੈ ਉਹ ਪੀਸ ਆਫ ਮਾਈਂਡ ਉਹ ਜਿਹੜਾ ਸੁਭਾਅ ਹੈ ਉਹ ਜਿਹੜਾ ਸਾਡੀ ਸੁਰਤ ਦਾ ਟਿਕਾਉ ਹੈ ਉਹ ਇੱਕ ਐਸਾ ਆਨੰਦ ਇੱਕ ਐਸਾ ਸੁਖ ਹੈ ਜਿਹੜਾ ਕਦੇ ਖਤਮ ਨਹੀਂ ਹੁੰਦਾ ਪਰ ਉਸ ਸੁਖ ਦਾ ਮੂਲ ਜਿਹੜਾ ਉਹ ਪਦਾਰਥ ਨਹੀਂ ਭੌਤਿਕ ਵਸਤੂ ਨਹੀਂ ਜਾਂ ਕੇਵਲ ਉੱਛਲਣ ਵਾਲਾ ਸੁਭਾਅ ਨਹੀਂ ਉਸ ਸੁਖ ਦਾ ਮੂਲ ਕੀ ਆਧਾਰ ਕੀ ਬੇਸ ਕੀ ਹੈ ਪੰਚਮ ਪਾਤਸ਼ਾਹ ਫਰਮਾਉਂਦੇ ਨੇ ਅਬినాਸ਼ੀ ਖੀਮ ਚਾਹੇ ਜੇ ਨਾਨਕ ਅੱਗੇ ਸ਼ਬਦ ਵਰਤਦੇ ਨੇ ਸਦਾ ਸਿਮਰ ਨਾਰਾਇਣ ਪਰਮੇਸ਼ਰ ਦਾ ਸਮਰਨ ਚਿੰਤਨ ਜਦੋਂ ਅਸੀਂ ਇਹ ਸ਼ਬਦ ਵਰਦੇ ਨਾ ਵੀ ਨਰਾਇਣ ਨੂੰ ਸਿਮਰ ਪਰਮੇਸ਼ਰ ਦਾ ਸਮਰਨ ਕਰ ਤੂੰ ਦੇ ਸਮਰਨ ਉਹਦੇ ਚਿੰਤਨ ਦੇ ਵਿੱਚ ਇਹ ਚੀਜ਼ ਆਉਂਦੀ ਹੈ ਇਹ ਸੱਚ ਹੈ ਜਿਹੜਾ ਸੁਰਤ ਦਾ ਭਾਗ ਬਣਨਾ ਹੁੰਦਾ ਹੈ ਕਿ ਇਹ ਭਾਈ ਜਗਤ ਵਿੱਚ ਕੋਈ ਚੀਜ਼ ਠਹਿਰ ਨਹੀਂ ਹੈ ਕੋਈ ਵਸਤੂ ਜਦੋਂ ਪਦਾਰਥ ਦੇ ਆਉਣ ਦੀ ਖੁਸ਼ੀ ਕਰਦਾ ਹੈ ਤੇ ਤੇਰੇ ਧਿਆਨ ਚ ਹੋਣਾ ਚਾਹੀਦਾ ਹੈ ਕਿ ਇਹ ਜਾਏਗੀ ਵੀ ਕਿਸੇ ਪ੍ਰਾਪਤੀ ਤੇ ਜੇ ਗੁਸਤ ਤੇਰੇ ਮਨ ਅੰਦਰ ਉਤਸ਼ਾਹ ਆਉਂਦਾ ਹੈ ਤੇ ਖਿਆਲ ਵਿੱਚ ਰੱਖ ਇਹ ਚੀਜ਼ਾਂ ਹੌਲੀ-ਹੌਲੀ ਬਿੰਸ ਵੀ ਸਕਦੀਆਂ ਨੇ ਜਾ ਵੀ ਸਕਦੀਆਂ ਨੇ ਜਦੋਂ ਇਹ ਬੈਲੈਂਸ ਬਣੇਗਾ ਸੁਰਤ ਦਾ ਟਿਕਾਊ ਬਣੇਗਾ ਤਾਂ ਫਿਰ ਸਾਡੇ ਮਨ ਅੰਦਰ ਉਤਸ਼ਾਹ ਰਹੇਗਾ ਸਦਾ ਹੀ ਸਾਨੂੰ ਰਹੇਗਾ ਵੀ ਇਹ ਚੱਲਣ ਹੈ ਜਗਤ ਦਾ ਅਨੋਖਾ ਕੁਝ ਨਹੀਂ ਹੋ ਰਿਹਾ ਵੱਖਰਾ ਕੁਝ ਨਹੀਂ ਹੋ ਰਿਹਾ ਚਿੰਤਾ ਤਾਂ ਕੀ ਕੀਤੀ ਹੈ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋ ਗੁਰਬਾਣੀ ਇੱਕ ਐਸੇ ਜੀਵਨ ਦੀ ਇੱਕ ਐਸੇ ਮਾਨਸਿਕ ਸਥਿਤੀ ਦੀ ਗੱਲ ਕਰਦੀ ਹੈ ਜਿੱਥੇ ਦੋਵਾਂ ਗੱਲਾਂ ਵਿੱਚ ਸਹਿਜ ਹੈ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਸ਼ਬਦ ਪੜਿਆ ਹੈ ਜੋ ਨਾਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਇਸ ਦਾ ਭਾਵ ਹੈ ਵੀ ਚੀਜ਼ਾਂ ਨੂੰ ਬੈਲੈਂਸ ਵਿੱਚ ਰੱਖਣਾ ਸਹਿਜ ਵਿੱਚ ਇਹ ਪਰ ਇਹ ਇੱਕ ਸੁਰਤ ਦਾ ਵਹਾਅ ਹੈ ਇਹ ਮਨ ਦੀ ਇੱਕ ਸਥਿਤੀ ਹੈ ਤੋਂ ਗੁਰੂਦੇਵ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਸੁਖਦਾਈ ਆਨੰਦਦਾਈ ਅਵਸਥਾ ਕੀ ਹੈ ਕਿਹੜੀ ਚੀਜ਼ ਵਿੱਚੋਂ ਇਹ ਐਸਾ ਸੁਖ ਸਾਨੂੰ ਉਪਲਬਧ ਹੁੰਦਾ ਹੈ ਪ੍ਰਾਪਤ ਹੁੰਦਾ ਹੈ ਪਾਤਸ਼ਾਹ ਕਹਿੰਦੇ ਨੇ ਹਰ ਕੋ ਨਾਮ ਨਾਮ ਹੈ ਉਸ ਦੀ ਹੋਣ ਦਾ ਅਹਿਸਾਸ ਉਸ ਦੇ ਹੋਣ ਦਾ ਜੋ ਹਰ ਜਗ੍ਹਾ ਤੇ ਹੈ ਆਪਣੇ ਵਿजूद ਵਿੱਚ ਬਾਹਰ ਦੇ ਸੰਸਾਰ ਵਿੱਚ ਕਿੰਡੀ ਬਾਕਮਾਲ ਖੇੜ ਹੈ ਕੁਝ ਮਤਾਂ ਨੇ ਤੇ ਕੁਝ ਮਤ ਦੇ ਵਿਚਾਰਕਾਂ ਨੇ ਜਿਸ ਵਿੱਚ ਕਈ ਤਰ੍ਹਾਂ ਦੀਆਂ ਸੰਪਰਦਾਵਾਂ ਕਈ ਤਰ੍ਹਾਂ ਦੇ ਮਤ ਆਉਂਦੇ ਨੇ ਕਈ ਤਰ੍ਹਾਂ ਦੇ ਸਕੂਲ ਆਫ ਥਾਟ ਆਉਂਦੇ ਨੇ ਕੁਝ ਦਾ ਮੰਨਣਾ ਹੈ ਕਿ ਬਾਹਰ ਜੋ ਪ੍ਰਕਿਰਤੀ ਹੈ ਇਹੀ ਸਭ ਕੁਝ ਹੈ ਤੁਸੀਂ ਹਰ ਚੀਜ਼ ਨੂੰ ਛੱਡ ਕੇ ਪਦਾਰਥ ਦੀ ਬਹੁਲਤਾ ਪਦਾਰਥ ਦੀ ਪ੍ਰਾਪਤੀ ਤੇ ਪਦਾਰਥ ਦੇ ਸਕੂਨ ਨੂੰ ਮੰਨੋ ਇਹ ਕੋ ਨੇ ਜਿਹੜੇ ਕਹਿੰਦੇ ਨੇ ਅੰਤਰਮੁਖੀ ਹੋ ਜਾਓ ਬਾਹਰ ਦੀ ਦੁਨੀਆ ਤੁਹਾਨੂੰ ਪਟਕਾ ਸਕਦੀ ਹੈ ਇਹ ਮਾਇਆ ਹੈ। ਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਨੇ ਬੜੀ ਤਵਾਜਨ ਭਰੀ ਬੈਲੈਂਸ ਵਾਲੀ ਸਹਿਜ ਵਾਲੀ ਗੱਲ ਕਰਦੇ ਆ ਕਿ ਅੰਤਰ ਬਾਹਰ ਹਰ ਪ੍ਰਭੇ ਕੋ। ਸਤਗੁਰੂ ਮਹਾਰਾਜ ਨੇ ਅੰਦਰ ਤੇ ਬਾਹਰ ਦੀ ਗੱਲ ਜਿਹੜੀ ਉਹ ਪੈਰਾਲਲ ਬਰਾਬਰ ਕੀਤੀ ਹੈ। ਉਹ ਟਿਕਾਹ ਵਾਲੀ ਕੀਤੀ ਹੈ। ਜਿਸ ਨੂੰ ਸਹਿਬ ਸਤਿਗੁਰੂ ਆਪਣੇ ਸ਼ਬਦ ਵਿੱਚ ਕਹਿੰਦੇ ਕਾਹਿਰੇ ਬਨ ਖੋਜਨ ਜਾਈ ਸਰਬਨਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ ਬਹੁ ਪਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਸ਼ਾਈ ਤੈਸੇ ਹੀ ਹਰ ਬਸੈ ਨਿਰ ਅੰਤਰ ਬਿਨਾ ਗੈਪ ਤੋਂ ਉਹ ਤੇਰੇ ਵਿੱਚ ਵੀ ਹੈ ਬਾਹਰ ਵੀ ਹੈ ਚੌਥੇ ਪਾਦਸ਼ਾ ਨੂੰ ਕਹਿੰਦੇ ਨੇ ਅੰਤਰ ਬਾਹਰ ਹਰ ਪ੍ਰਭ ਵੇਖੋ ਤੇ ਧੰ ਗੁਰੂ ਅਰਜਨ ਸਾਹਿਬ ਮਹਾਰਾਜ ਉਸ ਨੂੰ ਕਹਿੰਦੇ ਨੇ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਬਿ ਆਪ ਰਹੇ ਆਪਗਵੰਤ ਇਹ ਦੋਵਾਂ ਚੀਜ਼ਾਂ ਚ ਬੈਲੈਂਸ ਰੱਖਣਾ ਹੋਏ ਆਪਣੇ ਵਜੂਦ ਚ ਉਸ ਨੂੰ ਤਲਾਸ਼ਣਾ ਹੈ ਤੇ ਉਸ ਨੂੰ ਆਪਣੇ ਵਾਂਗ ਹੀ ਹਰ ਜਗ੍ਹਾ ਵਿੱਚ ਅਨੁਭਵ ਕਰਨਾ ਹੈ ਮਹਿਸੂਸ ਕਰਨਾ ਹੈ ਫੀਲ ਕਰਨਾ ਹੈ ਇਹਦੇ ਨਾਲ ਤੁਹਾਡੇ ਅੰਦਰ ਪਦਾਰਥ ਵਿੱਚ ਔਰ ਪਦਾਰਥ ਦੀ ਸੱਚਾਈ ਵਿੱਚ ਔਰ ਤੁਹਾਡੇ ਆਪਣੇ ਵਜੂਦ ਵਿੱਚ ਇੱਕ ਟਿਕਾ ਦਾ ਮਾਹੌਲ ਬਣੇਗਾ ਟਿਕਾ ਦੀ ਮਨੋਵਸਥਾ ਬਣੇਗੀ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਇਹੀ ਨਾਮ ਹੈ ਉਸ ਦੀ ਹੋਂਦ ਦਾ ਅਹਿਸਾਸ ਨਾਮ ਹੈ ਮੇਰੇ ਵਰਗਾ ਇਨਸਾਨ ਜੇ ਮੰਨ ਲਓ ਰੱਬ ਰੱਬ ਕਰਦਾ ਵੀ ਹੈ ਤੇ ਜੇ ਐਸਾ ਕਰਦਿਆਂ ਵੀ ਉਹ ਆਪਣੇ ਵजूद ਉਤੇ ਆਲੇ ਦੁਆਲੇ ਵਿੱਚੋਂ ਜਾਨੀ ਕਿ ਉਸ ਦੇ ਪਸਾਰੇ ਵਿੱਚੋਂ ਉਸ ਦੀ ਸਿਰਜਣ ਸ਼ਕਤੀ ਦਾ ਅਹਿਸਾਸ ਨਹੀਂ ਕਰਦਾ ਤਾਂ ਇਸ ਦਾ ਭਾਵ ਹੈ ਵੀ ਮੈਂ ਮਹਿਜ਼ ਕੇਵਲ ਲਫ਼ਜ਼ ਸ਼ਬਦ ਉਚਾਰਨ ਕਰਦਾ ਹਾਂ ਠੀਕ ਹੈ ਕਿਸੇ ਮਨੁੱਖ ਦੇ ਉੱਤੇ ਕੋਈ ਪਾਬੰਦੀ ਨਹੀਂ ਹੈ ਜਾਂ ਕੋਈ ਇਸ ਚੀਜ਼ ਦੇ ਉੱਤੇ ਆਬਜੈਕਸ਼ਨ ਜਾਂ ਕਹਿ ਲੋ ਕੋਈ ਇਤਰਾਜ਼ ਨਹੀਂ ਹੋ ਸਕਦਾ ਵੀ ਕੋਈ ਉਸ ਨੂੰ ਕਿਸੇ ਵੀ ਨਾਮ ਨਾਲ ਬੁਲਾ ਸਕਦਾ ਗੁਰਬਾਣੀ ਚ ਬਹੁਤ ਸਾਰੇ ਨਾਮ ਨੇ ਪਰ ਨਾਮ ਦਾ ਅਰਥ ਕੇਵਲ ਲਫ਼ਜ਼ ਨਹੀਂ ਉਸ ਦੀ ਹੋਂਦ ਦਾ ਪਸਾਰਾ ਹੈ ਉਸ ਦੀ ਹੋਂਦ ਦਾ ਅਹਿਸਾਸ ਹੈ ਸਤਗੁਰੂ ਪਾਤਸ਼ਾਹ ਜੀ ਆਖਦੇ ਨੇ ਹੇ ਪਾਈ ਇਸ ਚੀਜ਼ ਦਾ ਸਮਰਨ ਜਿਹੜਾ ਸਦਾ ਸੁਖਦਾਈ ਤੇਰੇ ਜੀਵਨ ਵਿੱਚ ਆਨੰਦ ਖੇੜਾ ਤੇ ਸਕੂਨ ਪੈਦਾ ਕਰੇਗਾ ਯਾਦ ਰੱਖ ਜਾ ਕਉ ਸਿਮਰ ਅਜਾ ਮਲ ਉਧਰਿਓ ਗਨ ਕਾ ਹੂੰ ਗਤ ਪਾਈ ਨਵੇਂ ਪਾਤਸ਼ਾਹ ਦੀ ਬਾਣੀ ਵਿੱਚ ਤਿੰਨ ਚਾਰ ਉਦਾਹਰਨਾਂ ਐਸੀਆਂ ਨੇ ਮਿੱਥਕ ਪ੍ਰਾਣਿਕ ਕਥਾਵਾਂ ਦੀਆਂ ਜਿਹੜੀਆਂ ਬਾਰ-ਬਾਰ ਆਉਂਦੀਆਂ ਨੇ ਅਜਾ ਮਲ ਦੀ ਉਦਾਹਰਨ ਹੈ ਗਨ ਕਾ ਦੀ ਉਦਾਹਰਨ ਹੈ ਗਾਜ ਦੀ ਉਦਾਹਰਨ ਹੈ ਇਹ ਉਦਾਹਰਨਾਂ ਸਤਗੁਰੂ ਦੀ ਬਾਣੀ ਵਿੱਚ ਆਉਂਦੀਆਂ ਨੇ ਧਰੂ ਪ੍ਰਿਲਾਦ ਦੀ ਉਦਾਹਰਨ ਵੀ ਆਉਂਦੀ ਹੈ ਪੰਚਾਲੀ ਦੀ ਦ੍ਰੋਪਦ ਦੀ ਉਹ ਵੀ ਉਦਾਹਰਨ ਗੁਰੂ ਨਵੇਂ ਪਾਤਸ਼ਾਹ ਦੀ ਬਾਣੀ ਚ ਆਉਂਦੀ ਹੈ ਵੈਸੇ ਦੂਸਰੇ ਮਹਾਪੁਰਖਾਂ ਤੇ ਗੁਰੂ ਸਹਿਬਾਨਾਂ ਨੇ ਵੀ ਭਗਤ ਸਹਿਬਾਨਾਂ ਨੇ ਵੀ ਬਹੁਤ ਸਾਰੇ ਪੁਰਾਣਿਕ ਹਵਾਲੇ ਆਪਣੀ ਬਾਣੀ ਵਿੱਚ ਵਰਤੇ ਹਨ ਪਰ ਇਹਨਾਂ ਹਵਾਲਿਆਂ ਨੂੰ ਤੇ ਇਹਨਾਂ ਉਦਾਹਰਨਾਂ ਦੇ ਰੂਖ ਨੂੰ ਤੱਕਣਾ ਹੁੰਦਾ ਹੈ ਕਿ ਸਤਗੁਰੂ ਕਿਸ ਅੰਦਾਜ਼ ਵਿੱਚ ਕਿਸ ਚੀਜ਼ ਦੀ ਵਿਆਖਿਆ ਲਈ ਕਿਹੜਾ ਪੱਖ ਸਮਝਾਉਣ ਲਈ ਇਹਨਾਂ ਉਦਾਹਰਨਾਂ ਦੀ ਵਰਤੋਂ ਕਰਦੇ ਨੇ ਜੇ ਸਾਨੂੰ ਇਹਨਾਂ ਦਾ ਰੂਖ ਇਹਨਾਂ ਦਾ ਪਹਾਵ ਤੇ ਕਿਸ ਪੱਖ ਨੂੰ ਸਿੱਧ ਕਰਨ ਲਈ ਸਤਿਗੁਰੂ ਧਾਰਨਾ ਦਿੰਦੇ ਨੇ ਸਪਸ਼ਟ ਨਹੀਂ ਹੋਏਗਾ ਤਾਂ ਫਿਰ ਸਾਨੂੰ ਸਤਿਗੁਰੂ ਮਹਾਰਾਜ ਦੀਆਂ ਵਰਤਿਆ ਹੋਈਆਂ ਇਹਨਾਂ ਉਦਾਹਰਨਾਂ ਦਾ ਸੱਚ ਪਤਾ ਨਹੀਂ ਲੱਗੇਗਾ ਪਾਤਸ਼ਾਹ ਜੀ ਉਦਾਹਰਣ ਵਰਤਦੇ ਨੇ ਜਾ ਕੋ ਸਿਮਰ ਅਜਾਮਲ ਅਜਾਮਲ ਕਥਾ ਦੇ ਮੁਤਾਬਕ ਜੋ ਪ੍ਰਾਣਿਕ ਕਥਾ ਹੈ ਇੱਕ ਵਿਦਵਾਨ ਬ੍ਰਾਹਮਣ ਉੱਚੀ ਕੁਲ ਵਿੱਚ ਪੈਦਾ ਹੋਇਆ। ਭਾਰਤੀ ਪਰੰਪਰਾ ਵਿੱਚ ਕਿਸੇ ਦਾ ਉੱਚੀ ਕੁਲ ਵਿੱਚ ਪੈਦਾ ਹੋਣਾ ਬੜੀ ਵੱਡੀ ਇੱਕ ਪ੍ਰਾਪਤੀ ਜਿਹੀ ਮੰਨਿਆ ਜਾਂਦਾ ਹੈ। ਕਿਉਂਕਿ ਉੱਥੇ ਮਨੁੱਖ ਨੂੰ ਦਰਜਾ ਬਦਰਜਾ ਜਾਤਾਂ ਦੇ ਵਿੱਚ ਵੰਡਿਆ ਗਿਆ ਹੈ, ਬਰਾਦਰੀਆਂ ਵਿੱਚ ਵੰਡਿਆ ਗਿਆ। ਉੱਚੀ ਬਰਾਦਰੀ ਵਿੱਚ ਤੇ ਉੱਚੀ ਕੁਲ ਵਿੱਚ ਪੈਦਾ ਹੋਇਆ ਮਨੁੱਖ ਨਿਸ਼ਚੈ ਹੀ ਇੱਕ ਖਾਸ ਮਾਣ ਤੇ ਸਤਿਕਾਰ ਦਾ ਅਧਿਕਾਰੀ ਜਿਹਾ ਮੰਨਿਆ ਜਾਣ ਲੱਗ ਪਿਆ। ਉਹ ਅਜਾਮਲ ਜਨਮ ਦੇ ਤੌਰ ਦੇ ਉੱਤੇ ਉੱਚੇ ਖਾਨਦਾਨ ਵਿੱਚ ਬ੍ਰਾਹਮਣ ਸ਼੍ਰੇਣੀ ਵਿੱਚ ਪੈਦਾ ਹੋਇਆ ਤੇ ਦੂਜੀ ਪ੍ਰਾਪਤੀ ਉਹਦੀ ਜ਼ਿੰਦਗੀ ਦੀ ਇਹ ਮੰਨੀ ਗਈ ਕਥਾ ਮੁਤਾਬਕ ਪਿਉਸ ਨੇ ਧਰਮ ਗ੍ਰੰਥਾਂ ਦਾ ਪठन-ਪਾਠ ਤੇ ਵਿਦਵਤਾ ਵੀ ਹਾਸਲ ਕੀਤੀ ਹੈ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਸੀ ਉਸ ਪ੍ਰਚਲਿਤ ਕਥਾ ਮੁਤਾਬਕ ਪਿਉੱਚੀ ਕੁਲ ਵਿੱਚ ਪੈਦਾ ਹੋਇਆ ਉੱਚੀ ਬਰਾਦਰੀ ਵਿੱਚ ਪੈਦਾ ਹੋਇਆ ਤੇ ਦੂਸਰੀ ਗੱਲ ਵੀ ਵਿਦਵਤਾ ਵੀ ਉਸ ਨੇ ਧਰਮ ਗ੍ਰੰਥਾਂ ਦੀ ਕਮਾਈ ਔਰ ਉਹ ਉਸ ਵਿਦਵਤਾ ਦਾ ਉਹ ਪ੍ਰਚਾਰ ਵੀ ਕਰਦਾ ਹੁਣ ਇਹ ਦੋ ਪ੍ਰਾਪਤੀਆਂ ਜਿਨ੍ਹਾਂ ਨੂੰ ਮੁੱਖ ਰੂਪ ਵਿੱਚ ਉਭਾਰਿਆ ਗਿਆ ਅਜਾ ਮਲ ਦੇ ਰੂਪ ਵਿੱਚ ਅਜਾ ਮਲ ਕੋਲੇ ਦੋ ਚੀਜ਼ਾਂ ਨੇ ਉੱਚੀ ਬਰਾਦਰੀ ਹੈ ਉੱਚੀ ਕੁੱਲ ਦਾ ਜਨਮ ਹੈ ਜਿਸ ਕਰਕੇ ਉਹਦਾ ਸਟੇਟਸ ਉੱਚਾ ਸਮਝਿਆ ਗਿਆ ਤੇ ਫਿਰ ਉੱਚੀ ਕੁੱਲ ਤੇ ਉੱਚੀ ਬਰਾਦਰੀ ਝੋਣ ਦੇ ਨਾਤੇ ਧਰਮ ਗ੍ਰੰਥਾਂ ਦਾ ਵਕਤਾ ਗਿਆਨੀ ਤੇ ਵਿਦਵਾਨ ਵੀ ਹੈ ਪਰ ਕਥਾ ਦਾ ਅਗਲਾ ਪਹਿਲੂ ਇਹ ਹੈ ਕਿ ਇਹ ਦੋਵੇਂ ਚੀਜ਼ਾਂ ਹੀ ਸਮਾਜਿਕ ਸਟੇਟਸ ਸਮਾਜਿਕ ਰੁਤਬਾ ਤੇ ਦੂਜਾ ਧਰਮ ਗ੍ਰੰਥਾਂ ਦੀ ਵਿਦਵਤਾ ਉਸ ਨੂੰ ਵਿਸ਼ਿਆਂ ਤੇ ਵਿਕਾਰਾਂ ਵਿੱਚ ਡਿੱਗਣ ਤੋਂ ਬਚਾ ਨਹੀਂ ਸકી ਅਜਮਲ ਆਪਣੇ ਜੀਵਨ ਨੂੰ ਆਪਣੇ ਕਿਰਦਾਰ ਨੂੰ ਦਾਗੀ ਕਰ ਲੈਂਦਾ ਜਿਸ ਰਾਹੇ ਉਸ ਦੇ ਉਸਤਾਦ ਨੇ ਉਸ ਨੂੰ ਜਾਣ ਤੋਂ ਮਨਾ ਕੀਤਾ ਉਧਰ ਦੀ ਗੁਜ਼ਰਦ ਹੈ ਤੇ ਆਪਣਾ ਕਿਰਦਾਰ ਨੀਵਾ ਕਰ ਲੈਂਦਾ ਵਿਸ਼ੇ ਵਿਕਾਰਾਂ 'ਚ ਪੈ ਜਾਂਦਾ ਸੋ ਪ੍ਰਾਣਿਕ ਕਥਾ ਦੇ ਮੁਤਾਬਕ ਉਸ ਨੂੰ ਆਪਣੀ ਬਰਾਦਰੀ 'ਚੋਂ ਕੱਢ ਦਿੱਤਾ ਜਾਂਦਾ ਹੈ ਕਿਉਂਕਿ ਉਸ ਨੇ ਕਰਮ ਨੀਵਾ ਕਰ ਲਿਆ ਹੁਣ ਜਿਸ ਕਰਮ ਨੂੰ ਨੀਵਾ ਮੰਨਿਆ ਗਿਆ ਹੁਣ ਨਾ ਤਾਂ ਉਸ ਦੀ ਵਿਦਵਤਾ ਉਸ ਨੂੰ ਬਚਾ ਸਕੀ ਤੇ ਨਾ ਉਸ ਦਾ ਸਮਾਜਿਕ ਰੁਤਬਾ ਉੱਚੀ ਕੁਲ ਵਾਲਾ ਉਸ ਦੀ ਸਹਾਇਤਾ ਕਰ ਸਕਿਆ ਫਿਰ ਉਸੇ ਹੀ ਕਥਾ ਮੁਤਾਬਕ ਅੱਗੇ ਜਾ ਕੇ ਇਹ ਜ਼ਿਕਰ ਆਉਂਦਾ ਹੈ ਕਿ ਉਹ ਅਜਾਮਲ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਆਪਣੀ ਸੁੱਧ ਆਪਣੀ ਸੁਰਤ ਨੂੰ ਪਰਮੇਸ਼ਰ ਰੱਬੀ ਗੁਣਾ ਵਾਲੇ ਪਾਸੇ ਜੋੜਦਾ ਹੈ ਜਦੋਂ ਰੱਬੀ ਚਿੰਤਨ ਵਾਲੇ ਪਾਸੇ ਭਰਤਦਾ ਹੈ ਤੇ ਉਸਦੇ ਪਾਪ ਕੱਟੇ ਜਾਂਦੇ ਨੇ ਇਸ ਕਥਾ ਦਾ ਇਹ ਪਹਿਲੂ ਮਹਾਰਾਜ ਨੇ ਬਾਣੀ ਚ ਵਰਤਿਆ ਹੈ ਇਸ ਦਾ ਭਾਵ ਹੈ ਕਿ ਜਿਸ ਵੇਲੇ ਉਹ ਵਿਕਾਰਾਂ ਵਿੱਚ ਡਿੱਗਿਆ ਉਹਦਾ ਚਿੰਤਨ ਨੀਵਾ ਸੀ ਜਿਸ ਵੇਲੇ ਉਸ ਦੇ ਪਾਪ ਕੱਟੇ ਹੋਏ ਮੰਨੇ ਗਏ ਦਾ ਮਤਲਬ ਉਸ ਵੇਲੇ ਉਹਦਾ ਚਿੰਤਨ ਉੱਚਾ ਸੀ ਇਹਦਾ ਭਾਵ ਹੈ ਬਾਹਰੀ ਰੂਪ ਵਿੱਚ ਧਰਮ ਗ੍ਰੰਥਾਂ ਦੇ ਪਾਠਨ ਪਾਠ ਤੇ ਵਿਦਵਤਾ ਤੇ ਉੱਚੀ ਬਰਾਦਰੀ ਤੇ ਸਮਾਜਿਕ ਰੁਤਬਾ ਇਹ ਨਹੀਂਆਂ ਪ੍ਰਮੁੱਖ ਚੀਜ਼ਾਂ ਨਹੀਂ ਜਿੰਨਾ ਪ੍ਰਮੁੱਖ ਹੈ ਤੁਹਾਡੀ ਥਿੰਕਿੰਗ ਤੁਹਾਡਾ ਚਿੰਤਨ ਜੇ ਤੁਹਾਡੀ ਥਿੰਕਿੰਗ ਸਹੀ ਹੈ ਤੁਹਾਡੀ ਅੰਦਰ ਦੀ ਭਾਵਨਾ ਸਹੀ ਹੈ ਤੁਹਾਡੇ ਅੰਦਰ ਦੇ ਖਿਆਲ ਉੱਚੇ ਨੇ ਤਾਂ ਤੁਸੀਂ ਭਾਵੇਂ ਕਿਸੇ ਵੀ ਬਰਾਦਰੀ ਚ ਹੋ ਬਰਾਦਰੀ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਫਿਰ ਤੁਸੀਂ ਭਾਵੇਂ ਧਰਮ ਗ੍ਰੰਥਾਂ ਦੇ ਬਹੁਤ ਵੱਡੇ ਵਿਦਵਾਨ ਹੋ ਜਾਂ ਤੁਹਾਨੂੰ ਘੱਟ ਪਤਾ ਹੈ ਜਾਣਕਾਰੀ ਦਾ ਪੱਧਰ ਘੱਟ ਹੋ ਸਕਦਾ ਪਰ ਜੇ ਤੁਹਾਡੀ ਖਿਆਲ ਸ਼ਕਤੀ ਪਵਿੱਤਰ ਹੈ ਤੁਹਾਡਾ ਕਿਰਦਾਰ ਸਹੀ ਹੈ ਤੇ ਤੁਸੀਂ ਉੱਚੇ ਹੋ ਅਜਾਮਲ ਦੀ ਕਥਾ ਦਾ ਨਿਚੋੜ ਇਹੀ ਹੈ ਵੀ ਜਿਸ ਵੇਲੇ ਉਹਦੀ ਉਹਦਾ ਉਹਦਾ ਚਿੰਤਨ ਮੈਲਾ ਹੋ ਜਾਂਦਾ ਤਾਂ ਵਿਕਾਰਾਂ ਚ ਡਿੱਗਦਾ ਹੈ ਚਿੰਤਨ ਉੱਚਾ ਹੋ ਜਾਂਦਾ ਤਾਂ ਵਿਕਾਰਾਂ ਤੋਂ ਮੁਕਤਲਾ ਹੋਇਆ ਹੋਇਆ ਬਚ ਜਾਂਦਾ ਹੈ ਗ੍ਰਸਤ ਹੋਇਆ ਬਾਹਰ ਨਿਕਲ ਆਉਂਦਾ ਉਸਦੇ ਪਾਪ ਕੱਟੇ ਹੋਏ ਦੱਸੇ ਗਏ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ ਇਹਦਾ ਭਾਵ ਹੈ ਵੀ ਮਹੱਤਤਾ ਹੈ ਸਿਮਰ ਦੀ ਜਾ ਕੋ ਸਿਮਰ ਅਜਾਮਲ ਉਹਦੇ ਸਿਮਰਨ ਦੀ ਸਮਰਨ ਸ਼ਕਤੀ ਦੀ ਮਹੱਤਤਾ ਹੈ ਗਨਕਾ ਹੂੰਗਾ ਤਪਾਈ ਹੁਣ ਇਹਦੇ ਨਾਲ ਹੀ ਪੈਰਾਲਾਲ ਇੱਕ ਉਦਾਹਰਨ ਹੈ ਗਨਕਾ ਦੀ ਇੱਕ ਐਸੀ ਔਰਤ ਜੀ ਦੀ ਨਾਂ ਬਰਾਦਰੀ ਉੱਚੀ ਹੈ ਨਾ ਖਾਨਦਾਨ ਦਾ ਜ਼ਿਕਰ ਕੀਤਾ ਕਥਾ ਵਾਲਿਆਂ ਨੇ ਤੇ ਨਾ ਹੀ ਇਹ ਕਿਸੇ ਨੇ ਕਿਹਾ ਹੈ ਵੀ ਉਹ ਬਹੁਤ ਜ਼ਿਆਦਾ ਧਰਮ ਗ੍ਰੰਥਾਂ ਜਾਂ ਧਰਮ ਕਰਮ ਕਰਨ ਵਾਲੀ ਔਰਤ ਹੈ ਉਹ ਇੱਕ ਨੀਵੇਂ ਕਿਰਦਾਰ ਦੀ ਔਰਤ ਮੰਨੀ ਗਈ ਗਨਕਾ ਵਿਸ਼ਵਾਸੀ ਆਪਣਾ ਜਿਸਮ ਵੇਚਦੀ ਸੀ ਪਰ ਐਸੀ ਵਿਸ਼ੇ ਵਿਕਾਰਾਂ ਚ ਗ੍ਰਸਤ ਹੋਈ ਜਿਹੜੀ ਔਰਤ ਹੈ ਜਿਹਦੀ ਨਾਂ ਕੋਲ ਉੱਚੀ ਹੈ ਜਿਸ ਕਿਰਦਾਰ ਦਾ ਨਾ ਇਹ ਜ਼ਿਕਰ ਹੈ ਕਿ ਉਸਨੇ ਬਹੁਤੇ ਧਰਮ ਕਰਮ ਕੀਤੇ ਨੇ ਕਿਤੇ ਪਰ ਉਹ ਜਿਸ ਵੇਲੇ ਨੇਕ ਪੁਰਖਾਂ ਦਾ ਉਪਦੇਸ਼ ਗ੍ਰਹਿਣ ਕਰਕੇ ਆਪਣਾ ਧਿਆਨ ਹੋਰ ਪਾਸੇ ਲਾ ਲੈਂਦੀ ਹੈ ਵਿਕਾਰਾਂ ਤੋਂ ਕੱਢ ਕੇ ਤਾਂ ਉਸ ਦਾ ਜੀਵਨ ਵੀ ਬਦਲ ਜਾਂਦਾ ਹੈ ਤੇ ਕਥਾਵਾਂ ਦੇ ਮੁਤਾਬਕ ਜੋ ਪ੍ਰਾਣਿਕ ਕਥਾ ਹੈ ਉਸ ਵਿੱਚ ਮੰਨਿਆ ਗਿਆ ਵੀ ਆਪਣਾ ਧਿਆਨ ਹੋਰ ਪਾਸੇ ਲਾ ਲੈਣ ਨਾਲ ਚੰਗੇ ਪਾਸੇ ਲਾ ਲੈਣ ਨਾਲ ਉਸਦੇ ਪਾਪ ਕੱਟੇ ਗਏ ਤੇ ਉਹ ਮੁਕਤ ਹੋ ਗਈ। ਗੁਰੂ ਤੇਗ ਬਹਾਦਰ ਸਾਹਿਬ ਵੀ ਉਦਾਹਰਣ ਵਰਤਦੇ ਨੇ ਹੁਣ ਦੂਜੀ ਉਦਾਹਰਣ ਵੇਖੋ। ਗਨਕਾ ਦਾ ਖਾਨਦਾਨ ਤੇ ਕੁੱਲ ਬਰਾਦਰੀ ਉੱਚੀ ਨਹੀਂ। ਉਹਦੇ ਕੋਲ ਸਮਾਜ ਦਾ ਕੋਈ ਬਹੁਤਾ ਉਚਾਰ ਉਤਬਾ ਨਹੀਂ। ਉਹਦੇ ਕੋਲ ਕੋਈ ਬਹੁਤੀ ਵਿਦਵਤਾ ਨਹੀਂ। ਉਹ ਵੀ ਜਦੋਂ ਆਪਣਾ ਧਿਆਨ ਚੰਗੇ ਪਾਸੇ ਵੱਲ ਜੋੜਦੀ ਹੈ। ਉਹਦੀ ਥਿੰਕਿੰਗ ਚੰਗੀ ਹੋ ਜਾਂਦੀ ਹੈ ਉਹਦੇ ਖਿਆਲ ਪਵਿੱਤਰ ਹੋ ਜਾਂਦੇ ਨੇ ਤਾਂ ਉਹ ਵੀ ਪਾਪਾਂ ਤੋਂ ਮੁਕਤ ਹੋ ਜਾਂਦੀ ਹੈ ਫਿਰ ਮਹੱਤਤਾ ਕਿਹੜੀ ਚੀਜ਼ ਦੀ ਹੋਈ ਸਾਡੇ ਖਿਆਲਾਂ ਦੀ ਸਾਡੀਆਂ ਪਵਿੱਤਰ ਭਾਵਨਾਵਾਂ ਦੀ ਸਾਡੇ ਪਵਿੱਤਰ ਚਿੰਤਨ ਦੀ ਤਾਂ ਹੀ ਸਤਿਗੁਰੂ ਨੇ ਸਾਂਝਾ ਸ਼ਬਦ ਵਰਤਿਆ ਗਤ ਪਾਈ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਉੱਚਾ ਜੀਵਨ ਰੁਤਬਾ ਹਾਸਲ ਕਰ ਲਿਆ ਇਸ ਲਈ ਭਾਈ ਸੁਖਦਾਇਕ ਕਿਹੜੀ ਚੀਜ਼ ਹੋਈ ਪਰਮੇਸ਼ਰ ਦੀ ਯਾਦ ਰੱਬੀ ਗੁਣਾ ਦਾ ਚਿੰਤਨ ਇਸੇ ਨੂੰ ਸਮਰਨ ਕਰਨਾ ਹੈ ਇਸੇ ਦਾ ਖਿਆਲ ਕਰਨਾ ਹੈ ਤੋਂ ਹਜ਼ੂਰ ਆਖਦੇ ਨੇ ਪੰਚਾਲੀ ਕਉ ਰਾਜ ਸਭਾ ਮੈਂ ਪੰਚਾਲੀ ਤੋਂ ਭਾਵ ਹੈ ਪੰਚਾਲ ਦੇਸ਼ ਦੀ ਤੇ ਉਸ ਨੂੰ ਦ੍ਰੋਪਦੀ ਵੀ ਕਿਹਾ ਜਾਂਦਾ ਹੁਣ ਸਤਿਗੁਰੂ ਨੇ ਇੱਕ ਇਹ ਪ੍ਰਾਣਿਕ ਕਥਾ ਵਰਤੀ ਹੈ ਪੰਚਾਲੀ ਕਉ ਰਾਜ ਸਭਾ ਮੈਂ ਕੌਰਵ ਤੇ ਪਾਂਡਵ ਜੂਆ ਖੇਡਦੇ ਨੇ ਪਾਂਡਵ ਜੂਏ ਦੇ ਵਿੱਚ ਆਪਣਾ ਸਭੋ ਕੁਝ ਰਾਜ ਭਾਗ ਧਨ ਦੌਲਤ ਜ਼ਮੀਨ ਜਾਇਦਾਦ ਹਾਰ ਜਾਂਦੇ ਨੇ ਤੇ ਜੂਏ ਦੀ ਲਤ ਵਿੱਚ ਉਸ ਮਹਿਕਲ ਵਿੱਚ ਉਕਸਾਏ ਹੋਏ ਆਪਣੀ ਪਤਨੀ ਸਾਝੀ ਪਤਨੀ ਨੂੰ ਵੀ ਦਾਤੇ ਲਾ ਦਿੰਦੇ ਨੇ ਹੁਣ ਜ਼ਰਾ ਕੋ ਗੌਰ ਕਰਕੇ ਵੇਖਣਾ ਪਾਂਡਵਾਂ ਦਾ ਬਹੁਤ ਆਦਰ ਤੇ ਸਤਿਕਾਰ ਕੀਤਾ ਜਾਂਦਾ ਹੈ ਪਰ ਉਹ ਜੂਏ ਦੀ ਲਤ ਵਿੱਚ ਤੇ ਉਕਸਾਏ ਹੋਏ ਆਪਣੀ ਇੱਜ਼ਤ ਨੂੰ ਵੀ ਆਪਣੇ ਪਰਿਵਾਰ ਦੇ ਜੀ ਨੂੰ ਵੀ ਦਾਤੇ ਲਾ ਦਿੰਦੇ ਨੇ ਫਿਰ ਉਸੇ ਹੀ ਸਭਾ ਦੇ ਵਿੱਚ ਆਪਣੀ ਪੁਰਾਣੀ ਕਿਸੇ ਹੋਈ ਗੱਲ ਦਾ ਬਦਲਾ ਲੈਣ ਵਾਸਤੇ ਦੁਰਯੋਧਨ ਜਿਹੜਾ ਉਹ ਬੇਪੱਤ ਕਰਦਾ ਹੈ ਦ੍ਰੋਪਦੀ ਨੂੰ ਉਸ ਦਾ ਚੀਰ ਰਣ ਕਰਦਾ ਹੈ ਭਾਵ ਉਸ ਨੂੰ ਵਸਤਰ ਵਹੀਨ ਕਰਨ ਵਾਸਤੇ ਨਗਨ ਕਰਨ ਵਾਸਤੇ ਯਤਨ ਕਰਦਾ ਹੈ ਹੁਣ ਉਸ ਕਥਾ ਮੁਤਾਬਕ ਉਹ ਕ੍ਰਿਸ਼ਨ ਨੂੰ ਯਾਦ ਕਰਦੀ ਹੈ ਤੇ ਕ੍ਰਿਸ਼ਨ ਗੈਬੀ ਤਾਕਤ ਦੇ ਰੂਪ ਵਿੱਚ ਉਹਦੀ ਸਹਾਇਤਾ ਕਰਦਾ ਉਸ ਨੂੰ ਨਗਨ ਨਹੀਂ ਹੋਣ ਦਿੰਦਾ ਖੈਰ ਹੀ ਉਹਨਾਂ ਦੀ ਕਥਾ ਹੈ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਸੁਧਾਰਨ ਦਾ ਰੋਖ ਇਹਵੇਂ ਵਰਤਦੇ ਨੇ ਪੰਚਾਲੀ ਕੋ ਰਾਜ ਸਭਾ ਮੈਂ RAM ਨਾਮ ਸੋਦਾਈ ਸਰਵ ਵਿਆਪਕ ਪਰਮੇਸ਼ਰ ਦੀ ਸੋਧ ਹੋਈ ਤੇ ਸਤਗੁਰੂ ਆਖਦੇ ਨੇ ਤਾਕ ਉਹ ਦੂਖ ਹਰਿਓ ਕਰੁਣਾ ਮੈਂ ਕਰुणा ਮੈਦਾ ਮਤਲਬ ਹੈ ਕਿਰਪਾ ਨਿਧਾਨ ਤਰਸ ਕਰਨ ਵਾਲੇ ਪਰਮੇਸ਼ਰ ਨੇ ਉਹਦਾ ਦੁੱਖ ਹਰ ਦਿੱਤਾ ਉਸ ਨੂੰ ਬੇਪਤ ਹੋਣ ਤੋਂ ਬਚਾ ਲਿਆ ਸਤਿਗੁਰੂ ਇਹ ਉਦਾਹਰਣ ਇਸ ਕਰਕੇ ਦੇ ਰਹੇ ਨੇ ਵੀ ਸਾਡੀ ਆਤਮਿਕ ਇੱਜ਼ਤ ਪਤਵੀ ਮਨੁੱਖਾ ਜੀਵਨ ਦੀ ਤਦੋਂ ਬਚਦੀ ਹੈ ਜੇ ਅਸੀਂ ਏ ਭਾਈ ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵਹਿ ਹੋਰ ਪਹਿਨਣ ਕੀ ਹਮਾਰੀ ਸ਼ਰਦ ਗਈ ਨੰਗਾ ਮਨੁੱਖ ਕੇਵਲ ਤਨ ਕਰਕੇ ਹੀ ਨਹੀਂ ਹੁੰਦਾ ਕਰਮ ਕਰਕੇ ਵੀ ਹੁੰਦਾ ਤੇ ਮਨੁੱਖ ਆਪਣੇ ਕਰਮਾਂ ਦੀ ਨਗਨਤਾ ਜਿਹੜੀ ਹੈ ਉਹਨੂੰ ਢੱਕਣ ਲਈ ਕੀ ਕਰੇ ਸ਼ੁਭ ਗੁਣ ਕਮਾਏ ਆਪਣੇ ਜੀਵਨ ਵਿੱਚ ਆਪਣੀ ਸੁੱਧ ਚੰਗੀ ਕਰੇ ਆਪਣੀ ਸੁਰਤ ਚੰਗੀ ਰੱਖੇ ਤੋਂ ਸਹਿਬ ਸਤਿਗੁਰੂ ਕਹਿੰਦੇ ਨੇ ਤਾਕੋ ਦੁਖ ਅਰਿਓ ਕਰੋਨਾ ਮੈਂ ਕਿਰਪਾ ਨਿਧਾਨ ਨੇ ਤਰਸ ਕਰਨ ਵਾਲੇ ਨੇ ਉਸ ਦਾ ਦੁਖ ਹਰ ਦਿੱਤਾ ਆਪਣੀ ਪੈਜ ਵਡਾਈ ਔਰ ਅਝਿਹਾ ਕਰਕੇ ਉਸ ਨੇ ਆਪਣੇ ਸੁਭਾਅ ਦੀ ਰਾਖੀ ਕਰ ਲਈ ਉਹਦਾ ਸੁਭਾਅ ਵੱਡਾ ਹੋ ਗਿਆ ਇੱਜ਼ਤ ਰੱਖਣ ਵਾਲਾ ਸੁਭਾਅ ਹੋਰ ਵੱਧ ਗਿਆ ਸਤਿਗੁਰੂ ਆਖਦੇ ਜਿਹੇ ਨਾਰ ਜਸ ਕਿਰਪਾ ਨਿਤ ਗਾਇਓ ਜਿਸ ਨਰ ਨੇ ਵੀ ਕਿਰਪਾ ਦੇ ਖਜ਼ਾਨੇ ਬਖਸ਼ਿਸ਼ ਦੇ ਘਰ ਅਕਾਲ ਪੁਰਖ ਦਾ ਜਸ ਗਾਇਨ ਕੀਤਾ ਉਸ ਦੀ ਸ਼ੋਭਾ ਉਸ ਦੇ ਗੁਣਾਂ ਨੂੰ ਜੀਵਨ ਅਧਾਰ ਬਣਾਇਆ ਹੈ ਤਾਕਉ ਪਹਿਉ ਸਹਾਈ ਉਸ ਪਰਮੇਸ਼ਰ ਦੇ ਗੁਣ ਉਹਦੇ ਸਹਾਇਕ ਹੁੰਦੇ ਨੇ ਜੀਵਨ ਮਾਰਗ ਵਿੱਚ ਉਹਦਾ ਭਲਾ ਕਰਦੇ ਨੇ ਜੀਵਨ ਨੂੰ ਸਫਲ ਕਰਦੇ ਨੇ ਕਹੋ ਨਾਨਕ ਮੈਂ ਇਹੀ ਭਰੋਸਾ ਹੈ ਹੁਣ ਨੌਵੇਂ ਪਾਤਸ਼ਾਹ ਕਹਿੰਦੇ ਇਹੀ ਭਰੋਸਾ ਮੈਂ ਆਪਣੇ ਜੀਵਨ ਚ ਟਿਕਾਇਆ ਇਹੀ ਯਕੀਨ ਮੇਰਾ ਹੈ ਇਹੀ ਵਿਸ਼ਵਾਸ ਮੇਰਾ ਹੈ ਇਸ ਪਵਿੱਤਰ ਵਿਸ਼ਵਾਸ ਦੀ ਬਨਾਉ ਉਤੇ ਮੈਂ ਆਪਣੇ ਜੀਵਨ ਨੂੰ ਉਸਾਰਿਆ ਕਹੀ ਆਨ ਸ਼ਰਨਾਈ ਕਹੀ ਮਤਲਬ ਹੈ ਗ੍ਰਹਿਣ ਕਰ ਲਈ ਧਾਰਨ ਕਰ ਲਈ ਆਣ ਕੇ ਆ ਕੇ ਸ਼ਰਨ ਆ ਕੇ ਮੈਂ ਇਹੀ ਭਰੋਸੇ ਦੇ ਵਿੱਚ ਹੀ ਅਕਾਲ ਪੁਰਖ ਜੀ ਤੁਹਾਡੀ ਸ਼ਰਨ ਗ੍ਰਹਿਣ ਕਰ ਲਈ ਹੈ ਸ਼ਰਨਾਈ ਆਉਣ ਦਾ ਮਤਲਬ ਹੈ ਆਪਣਾ ਵਜੂਦ ਸਮਰਪਿਤ ਕਰਨ ਨਾਲ ਜਿੱਥੇ ਹਉਮੈ ਨਹੀਂ ਅਹੰਕਾਰ ਨਹੀਂ ਔਰ ਨਿਮਰ ਸੁਭਾਵ ਨਾਲ ਗੁਣ ਗ੍ਰਹਿਣ ਕਰਨ ਦੀ ਭਾਵਨਾ ਨਾਲ ਸ਼ਰਨਾਗਤ ਆ ਜਾਣਾ ਆਪਣਾ ਵਜੂਦ ਸਮਰਪਿਤ ਕਰ ਦੇਣਾ ਸਤਿਗੁਰੂ ਜੀ ਕਿਰਪਾ ਰਹਿਮਤ ਕਰਨ ਇਹ ਮੁਬਾਰਕ ਉਪਦੇਸ਼ ਸਾਡੇ ਮਨ ਮਸਤਕ ਦਾ ਹਿੱਸਾ ਬਣੇ ਸਤਗੁਰੂ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਅਦਬ ਸਹਿਤ ਫਤਿਹ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ